ਜ਼ਿਮੀਦਾਰ ਭਰਾਵੋ, ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਨੂੰ ਨਰਮੇ 'ਤੇ ਲੱਗਣ ਵਾਲੇ ਇੱਕ ਕੀੜੇ ਚਿੱਟੇ ਮੱਛਰ ਦੇ ਬਾਰੇ ਦੱਸਣਾ ਚਾਹਾਂਗਾ। ਧਿਆਨ ਨਾਲ ਦੇਖੋ, ਇਹੀ ਹੈ ਚਿੱਟਾ ਮੱਛਰ? ਇਹੀ ਹੈ ਜਿਹੜਾ ਤੁਹਾਡੀ ਨਰਮੇ ਦੀ ਫਸਲ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ? ਚਲੋ ਇਹਦੇ ਬਾਰੇ ਕੁਝ ਗੱਲ ਕਰਨੀ। ਕੀ ਤੁਹਾਨੂੰ ਪਤਾ ਹੈ ਕਿ ਇਹ ਜਿਹੜਾ ਉੜਦਾ ਹੋਇਆ ਮੱਛਰ ਹੈ, ਇਹ ਤੋਂ ਜ਼ਿਆਦਾ ਨੁਕਸਾਨ ਇਹਦੇ ਮੱਛਰ ਦੇ ਬੱਚੇ ਪਹੁੰਚਾਉਂਦੇ ਹੈ? ਧਿਆਨ ਨਾਲ ਦੇਖੋ, ਇਹ ਜਿਹੜੇ ਮੱਛਰ ਦੇ ਬੱਚੇ ਹੈ, ਇਹੀ ਤੁਹਾਡੀ ਕਪਾਸ ਦੀ ਨਰਮੇ ਦੀ ਫਸਲ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹੈ। ਤੁਸੀਂ ਸੋਚੋਗੇ ਐਵੇਂ ਕਿਵੇਂ ਹੋ ਸਕਦਾ, ਅੱਜ ਤੱਕ ਤੇ ਅਸੀਂ ਚਿੱਟੇ ਮੱਛਰ ਤੇ, ਉੜਦੇ ਹੋਏ ਮੱਛਰ ਤੇ ਹੀ ਧਿਆਨ ਦਿੰਦੇ ਰਹੇ, ਬੱਚਿਆਂ ਤੇ ਕਦੀ ਧਿਆਨ ਨਹੀਂ ਦਿੱਤਾ। ਚਲੋ ਆਓ ਸਮਝੀ, ਮੈਂ ਕਿਉਂ ਬੋਲ ਰਿਹਾ ਕਿ ਚਿੱਟੇ ਮੱਛਰ ਦੇ ਬੱਚੇ ਹੀ ਜ਼ਿਆਦਾ ਨੁਕਸਾਨ ਦਿੰਦੇ। ਧਿਆਨ ਨਾਲ ਦੇਖੋ, ਇਹ ਮੱਛਰ ਦੇ ਬੱਚੇ ਵੱਡੇ ਕਿਵੇਂ ਹੁੰਦੇ ਹੈ, ਜਵਾਨ ਕਿਵੇਂ ਹੁੰਦੇ ਹੈ, ਇਹ ਖਾਂਦੇ ਪੀਂਦੇ ਕੀ ਹੈ ਵੱਡੇ ਹੋਣ ਵਾਸਤੇ? ਇਹਨਾਂ ਦੀ ਮਾਂ ਤੇ ਇਹਨਾਂ ਨੂੰ ਦੁੱਧ ਨਹੀਂ ਪਿਆਉਂਦੀ, ਨਾ ਹੀ ਇਹਨਾਂ ਦੀ ਮਾਂ ਇਹਨਾਂ ਨੂੰ ਖਾਣਾ ਖਵਾਉਂਦੀ ਹੈ, ਤੇ ਵੱਡੇ ਕਿਵੇਂ ਹੁੰਦੇ ਆ, ਕੀ ਖਾ ਕੇ ਜਵਾਨ ਹੁੰਦੇ? ਹੈ ਨਾ ਸੋਚਣ ਦੀ ਗੱਲ। ਇਹ ਦੇਖੋ, ਇਹ ਜਿਹੜੇ ਬੱਚੇ ਹੈ, ਇਹ ਤੁਹਾਡੇ ਨਰਮੇ ਦੇ ਪੱਤਿਆਂ ਤੋਂ ਜੂਸ ਪੀ ਜਾਂਦੇ ਹੈ, ਇਹ ਤੁਹਾਡੇ ਨਰਮੇ ਦੇ ਪੱਤੇ ਦੀ ਸਾਰੀ ਤਾਕਤ ਪੀ ਜਾਂਦੇ, ਜਿਹਦੇ ਕਾਰਨ ਤੁਹਾਡੇ ਨਰਮੇ ਦਾ ਜਿਹੜਾ ਵਧਣਾ ਹੈ ਉਹ ਘੱਟ ਹੋ ਜਾਂਦਾ। ਇਹ ਹੋਇਆ ਪਹਿਲਾ ਨੁਕਸਾਨ। ਹੁਣ ਗੱਲ ਕਰਨੇ ਆ ਦੂਜੇ ਨੁਕਸਾਨ ਦੀ। ਪਹਿਲਾ ਨੁਕਸਾਨ ਤੇ ਹੋ ਗਿਆ, ਤੁਹਾਡੇ ਨਰਮੇ ਦੇ ਸਾਰੀ ਤਾਕਤ ਪੀ ਗਿਆ ਪੱਤੇ ਦੇ ਪਿੱਛੇ ਛਿਪੇ ਹੋਏ ਚਿੱਟੇ ਮੱਛਰ ਦੇ ਬੱਚੇ। ਦੂਜਾ ਨੁਕਸਾਨ, ਇਹ ਦੋ ਪਿਕਚਰ ਨੇ, ਇੱਕ ਹੈ ਵੱਡਾ ਜਵਾਨ ਚਿੱਟਾ ਮੱਛਰ ਤੇ ਦੂਜਾ ਹੈ ਚਿੱਟੇ ਮੱਛਰ ਦੇ ਬੱਚੇ। ਦੋਨਾਂ ਨੂੰ ਧਿਆਨ ਨਾਲ ਦੇਖੋ। ਦੇਖੋ ਇਹਨਾਂ ਵਿੱਚੋਂ ਇੱਕ ਚਿੱਟੇ ਰੰਗ ਦਾ ਇੱਕ ਪਦਾਰਥ ਨਿਕਲ ਰਿਹਾ, ਇਹਨੂੰ ਹਨੀ ਡਿਊ ਕਹਿੰਦੇ। ਜੀ ਹਾਂ, ਹਨੀ ਡਿਊ। ਇਹ ਹਨੀ ਡਿਊ ਨਰਮੇ ਨੂੰ ਲੱਗਣ ਵਾਲੇ ਇੱਕ ਫੰਗਸ ਦਾ ਭੋਜਨ ਹੈ। ਉਹ ਫੰਗਸ ਨਰਮੇ ਦੇ ਪੱਤੇ ਤੇ ਆਉਂਦੀ ਹੈ, ਉਹਨੂੰ ਖਾਣਾ ਮਿਲ ਜਾਂਦਾ ਹੈ ਹਨੀ ਡਿਊ, ਜਿਹੜਾ ਕਿ ਚਿੱਟੀ ਮੱਖੀ ਤੇ ਚਿੱਟੇ ਮੱਛਰ ਦੇ ਬੱਚੇ ਨੇ ਪੈਦਾ ਕੀਤਾ, ਉਹ ਉੱਥੇ ਬਹਿ ਜਾਂਦਾ ਹੈ। ਉਹ ਫੰਗਸ ਕਰਦਾ ਕੀ ਹੈ? ਉਹ ਫੰਗਸ ਤੁਹਾਡੇ ਨਰਮੇ ਦੇ ਪੱਤੇ ਤੇ ਇੱਕ ਪਰਤ ਜੀ ਬਣਾ ਦਿੰਦਾ ਹੈ, ਜਿਹਦੇ ਕਾਰਨ ਪੱਤਾ ਫੋਟੋਸਿੰਥੈਸਿਸ, ਪ੍ਰਕਾਸ਼ ਸੰਸ਼ਲੇਸ਼ਨ ਬੰਦ ਕਰ ਦਿੰਦਾ ਹੈ। ਜਦੋਂ ਪੱਤੇ ਦਾ ਪ੍ਰਕਾਸ਼ ਸੰਸ਼ਲੇਸ਼ਨ ਬੰਦ ਹੋ ਜਾਂਦਾ ਹੈ ਤੇ ਪੱਤੇ ਕਾਲੇ ਜਾਂ ਪੀਲੇ ਪੈ ਜਾਂਦੇ ਹੈ। ਦੂਜੇ ਸ਼ਬਦਾਂ ਵਿੱਚ, ਪ੍ਰਕਾਸ਼ ਸੰਸ਼ਲੇਸ਼ਨ ਨਾ ਹੋਣ ਦੇ ਕਾਰਨ ਪੱਤੇ ਭੋਜਨ ਬਣਾਉਣਾ ਬੰਦ ਕਰ ਦਿੰਦੇ ਹੈ, ਪੱਤਾ ਕਾਲੇ ਪੀਲੇ ਪੈ ਜਾਂਦੇ ਹੈ, ਹੌਲੇ ਹੌਲੇ ਝੜ ਜਾਂਦੇ ਹੈ। ਜਦੋਂ ਪੱਤੇ ਹੀ ਨਹੀਂ ਹੋਣਗੇ ਤੇ ਪੌਦੇ ਦਾ ਖਾਣਾ ਨਹੀਂ ਬਣੇਗਾ, ਪੌਦਾ ਵਧਣ ਤੋਂ ਰੁਕ ਜਾਏਗਾ। ਹੁਣ ਸਮਝੇ ਤੁਸੀਂ ਕਿ ਕਿਵੇਂ ਇੱਕ ਉੜਦਾ ਹੋਇਆ ਮੱਛਰ ਤੇ ਮੱਛਰ ਦਾ ਬੱਚਾ ਹਨੀ ਡਿਊ ਕੱਢਦਾ ਹੈ, ਕਪਾਸ ਦੇ ਪੱਤਿਆਂ ਤੇ ਫੰਗਸ ਨੂੰ ਵਧਣ ਦਾ ਮੌਕਾ ਦਿੰਦਾ। ਹੁਣ ਤੁਸੀਂ ਸੋਚੋਗੇ ਕਿ ਮੈਂ ਤੇ ਕਹਿ ਰਿਹਾ ਸੀਗਾ ਕਿ ਚਿੱਟੇ ਮੱਛਰ ਦੇ ਬੱਚੇ ਹੀ ਜ਼ਿਆਦਾ ਨੁਕਸਾਨ ਦਿੰਦੇ ਹੈ, ਪਰ ਹਨੀ ਡਿਊ ਤੇ ਜਵਾਨ ਮੱਛਰ ਵੀ ਕੱਢਦਾ ਹੈ ਤੇ ਉਹਨਾਂ ਦੇ ਬੱਚੇ ਵੀ, ਫਿਰ ਬੱਚੇ ਕਿਵੇਂ ਨੁਕਸਾਨ ਜ਼ਿਆਦਾ ਦਿੰਦੇ ਹੈ? ਨੁਕਸਾਨ ਤੇ ਦੋਨਾਂ ਨੂੰ ਦੇਣਾ ਚਾਹੀਦਾ। ਚਲੋ ਮੈਂ ਤੁਹਾਨੂੰ ਇੱਕ ਪਤੇ ਦੀ ਗੱਲ ਦੱਸਣਾ। ਕੀ ਤੁਹਾਨੂੰ ਪਤਾ ਹੈ ਕਿ ਇੱਕ ਜਿਹੜੀ ਮਾਦਾ ਮੱਛਰ ਹੈ ਉਹ 90 ਬੱਚਿਆਂ ਨੂੰ ਜਨਮ ਦਿੰਦੀ ਹੈ? ਜੀ ਹਾਂ, 90 ਬੱਚਿਆਂ ਨੂੰ ਜਨਮ ਦਿੰਦੀ ਹੈ। ਇਹ ਸੋਚ ਲਓ ਕਿ ਅਗਰ ਤੁਸੀਂ 100 ਉੜਦੇ ਹੋਏ ਮੱਛਰ ਵੇਖਦੇ ਪਏ ਹੋ, ਚਿੱਟੇ ਮੱਛਰ, ਤੇ ਉਹਨਾਂ ਦੇ 9000 ਬੱਚੇ ਜੋ ਤੁਹਾਨੂੰ ਨਜ਼ਰ ਨਹੀਂ ਆ ਰਹੇ, ਜਿਹੜੇ ਪੱਤਿਆਂ ਪਿੱਛੇ ਬੈਠੇ ਨੇ, ਰਸ ਚੂਸ ਰਹੇ ਨੇ, ਫੰਗਸ ਲਈ ਖਾਣਾ ਬਣਾ ਰਹੇ ਹੈ, ਹੁਣ ਨਾਲੇ ਬੱਚੇ ਜਵਾਨ ਹੋਣ ਲਈ ਖਾਣਾ ਵੀ ਜ਼ਿਆਦਾ ਖਾਂਦੇ ਹੈ। ਹੁਣ ਇਹ ਸੋਚ ਲਓ ਕਿ ਜਿਹੜੇ 100 ਉੜਦੇ ਹੋਏ ਮੱਛਰ ਜ਼ਿਆਦਾ ਨੁਕਸਾਨਦਾਇਕ ਨੇ, ਜਾਂ 9000 ਬੱਚੇ ਜਿਹੜੇ ਪੱਤਿਆਂ ਦੇ ਪਿੱਛੇ ਛਿੱਪੇ ਬੈਠੇ।
ਉਹ ਜ਼ਿਆਦਾ ਨੁਕਸਾਨਦਾਇਕ। ਸੋਚੋ, ਪਰ ਅਸੀਂ ਕਰਦੇ ਕੀ ਹਾਂ? ਅਸੀਂ ਬਾਜ਼ਾਰ ਵਿੱਚ ਮਿਲਣ ਵਾਲੀਆਂ ਉਹੀ ਉਹ ਪੁਰਾਣੇ ਤਰੀਕੇ ਦੀ ਦਵਾਈਆਂ ਲਿਆਉਂਦੇ ਹਾਂ, ਉੜਦੇ ਹੋਏ ਮੱਛਰ ਨੂੰ ਅਸੀਂ ਮਾਰ ਦਿੰਦੇ ਹਾਂ, 6-7 ਦਿਨ ਵਾਸਤੇ ਖੁਸ਼ ਜਾਂਦੇ ਹਾਂ, ਉੜਦਾ ਮੱਛਰ ਨਜ਼ਰ ਨਹੀਂ ਆ ਰਿਹਾ। ਪਰ ਅਗਰ ਤੁਸੀਂ ਪੱਤਿਆਂ ਦੇ ਪਿੱਛੇ ਦੇਖੋਗੇ, ਧਿਆਨ ਨਾਲ ਦੇਖੋਗੇ, ਤਾਂ ਦੇਖੋ ਉਹ ਬੱਚੇ 8-9 ਦਿਨ ਬਾਅਦ ਫਿਰ ਵੱਡੇ ਹੋ ਜਾਂਦੇ, ਫਿਰ ਉਹ ਜਵਾਨ ਹੋ ਜਾਂਦੇ, ਫਿਰ ਸਾਨੂੰ ਨਜ਼ਰ ਆਉਂਦੇ, ਫਿਰ ਅਸੀਂ ਦੁਬਾਰਾ ਦਵਾਈ ਸਪਰੇਅ ਕਰਦੇ ਹਾਂ, ਫਿਰ ਦੁਬਾਰਾ 7-8 ਦਿਨ ਬਾਅਦ ਵੱਡੇ ਹੋ ਜਾਂਦੇ, ਫਿਰ ਦਵਾਈ ਸਪਰੇਅ ਕਰਦੇ ਹਾਂ। ਇਸ ਤਰੀਕੇ ਨਾਲ ਅਸੀਂ 3-4 ਸਪਰੇਅ ਕਰਦੇ ਹਾਂ, ਪਰ ਅਸਲੀ ਕੰਟਰੋਲ ਤਾਂ ਕੀਤਾ ਨਹੀਂ। ਸਾਡੀ ਕਪਾਸ ਨਰਮਾ ਕਦੀ ਸਵਸਥ ਨਹੀਂ ਹੁੰਦਾ, ਪਰ ਤੇ ਅਸੀਂ ਹਮੇਸ਼ਾ ਦਵਾਈ ਲਿਆਉਂਦੇ ਹਾਂ, 4-5 ਵਾਰੀ ਸਪਰੇਅ ਕਰਦੇ ਹਾਂ, ਪੂਰਾ ਕੰਟਰੋਲ ਨਹੀਂ ਮਿਲਦਾ। ਪਰ ਫਿਰ ਰਸਤਾ ਕੀ ਹੈ? ਪੁਰਾਣੀਆਂ ਦਵਾਈਆਂ ਤਾਂ ਇਹੀ ਹੋ ਨੇ, ਹੁਣ ਮੈਂ ਤੁਹਾਨੂੰ ਨਵਾਂ ਰਸਤਾ ਦੱਸ। ਇੱਕ ਬਾਜ਼ਾਰ ਵਿੱਚ ਆਈ ਨਵੀਂ ਦਵਾਈ ਬਾਰੇ ਦੱਸਣਾ। ਇਹ ਦਵਾਈ ਹੈ ਜਪਾਨ ਤੋਂ ਆਈ ਲੈਨੋ। ਜੀ ਹਾਂ, ਲੈਨੋ, ਬੜਾ ਆਸਾਨ ਨਾਮ। ਹੁਣ ਤੁਸੀਂ ਪੁੱਛੋਗੇ ਕਿ ਲੈਨੋ ਅਤੇ ਬਾਕੀ ਦਵਾਈਆਂ 'ਚ ਫਰਕ ਕੀ ਹੈ? ਫਰਕ ਇਹ ਹੈ ਕਿ ਬਾਜ਼ਾਰ ਵਿੱਚ ਮਿਲਣ ਵਾਲੀ ਜਿਹੜੀਆਂ ਦਵਾਈਆਂ ਨੇ ਉਹ ਸਿਰਫ ਉੜਦੇ ਹੋਏ ਚਿੱਟੇ ਮੱਛਰ 'ਤੇ ਕੰਟਰੋਲ ਕਰਦੀਆਂ ਨੇ, ਪਰ ਲੈਨੋ ਚਿੱਟੇ ਮੱਛਰ ਦੀ ਸਾਰੀ ਅਵਸਥਾਵਾਂ 'ਤੇ ਕੰਟਰੋਲ ਕਰਦਾ। ਤੁਸੀਂ ਪੁੱਛੋਗੇ ਕਿਵੇਂ? ਚਲੋ ਇੱਕ ਇੱਕ ਕਰਕੇ ਸਾਰੀ ਅਵਸਥਾਵਾਂ ਬਾਰੇ ਗੱਲ ਕਰਦੇ ਹਾਂ। ਉੜਦੇ ਹੋਏ ਮੱਛਰ ਨੂੰ ਲੈਣੋ ਨਪੁੰਸਕ ਬਣਾ ਦਿੰਦਾ, ਇੰਪੋਰਟੈਂਟ ਬਣਾ ਦਿੰਦਾ, ਇਹ ਅੱਗੇ ਬੱਚੇ ਪੈਦਾ ਨਹੀਂ ਕਰ ਸਕਦੇ। ਛੋਟੇ ਬੱਚਿਆਂ ਦੀ ਇਹ ਬੜਵਾਰ ਰੋਕ ਦਿੰਦਾ, ਉਹ ਜੂਸ ਪੀਣਾ ਬੰਦ ਕਰ ਦਿੰਦੇ ਆ, ਹਨੀ ਡਿਊ ਦੇਣਾ ਬੰਦ ਕਰ ਦਿੰਦੇ। ਮੱਛਰ ਦੇ ਅੰਡੇ, ਇਹ ਅੰਡਿਆਂ ਨੂੰ ਨਸ਼ਟ ਕਰ ਦਿੰਦਾ, ਉਹਨਾਂ ਵਿੱਚੋਂ ਬੱਚੇ ਨਹੀਂ ਨਿਕਲਣ ਦਿੰਦਾ। ਹੈ ਨਾ ਕਮਾਲ ਦੀ ਗੱਲ? ਚਿੱਟੇ ਮੱਛਰ ਚਾਹੇ ਜਵਾਨ ਹੋਏ, ਚਾਹੇ ਵੱਡਾ ਹੋਏ, ਚਾਹੇ ਹੋਏ ਅੰਡਾ, ਸਾਰੀ ਅਵਸਥਾਵਾਂ 'ਤੇ ਕੰਟਰੋਲ। ਹੁਣ ਤੁਸੀਂ ਐਡੇ ਸਾਰੇ ਗੁਣ ਸੁਣ ਕੇ ਤੁਸੀਂ ਚਾਹੋਗੇ ਮੈਂ ਵੀ ਲੈਣੋ ਇਸਤੇਮਾਲ ਕਰਾਂ, ਪਰ ਰੋਕੋ, ਰੁਕ ਜਾਓ, ਸਾਵਧਾਨ। ਲੈਣੋ ਕਮਜ਼ੋਰ ਦਿਨ ਵਾਲੇ ਕਿਸਾਨਾਂ ਲਈ ਨਹੀਂ ਹੈਗਾ, ਇਹ ਸਿਰਫ ਸਮਝਦਾਰ ਕਿਸਾਨਾਂ ਲਈ ਹੈ। ਮੈਂ ਕਿਉਂ ਬੋਲਦਾ ਪਿਆ? ਕਿਉਂਕਿ ਲੈਣੋ ਦੇ ਸਪਰੇਅ ਬਾਅਦ ਤੁਹਾਨੂੰ 4-5 ਦਿਨ ਤੱਕ ਆਪਣੇ ਖੇਤ ਵਿੱਚ ਉੜਨ ਵਾਲਾ ਮੱਛਰ ਦਿਖਾਈ ਦੇ। ਤੁਸੀਂ ਸੋਚੋਗੇ ਲੈਣੋ ਨੇ ਕੰਮ ਨਹੀਂ ਕੀਤਾ, ਤੁਸੀਂ ਚਿੰਤਾ 'ਚ ਪੈ ਜਾਓ, ਪਰ ਚਿੰਤਾ ਦੀ ਕੋਈ ਗੱਲ ਨਹੀਂ। ਇਹ ਉੜਨ ਵਾਲਾ ਜਿਹੜਾ ਮੱਛਰ ਹੈ ਇਹ ਨਪੁੰਸਕ ਹੈ, ਇਹ ਅੱਗੇ ਬੱਚੇ ਪੈਦਾ ਨਹੀਂ ਕਰ ਸਕਦਾ। ਅਗਰ ਤੁਸੀਂ ਲੈਣੋ ਦਾ ਰਿਜ਼ਲਟ ਦੇਖਣਾ ਤੇ ਪੱਤਾ ਪਲਟ ਕੇ ਦੇਖੋ, ਪੱਤੇ ਦੇ ਪਿੱਛੇ ਦੇਖੋ, ਪੱਤਾ ਬਿਲਕੁਲ ਸਾਫ਼ ਦਿਖਾਈ ਦੇਵੇਗਾ। ਚਿੱਟੇ ਮੱਛਰ ਦੇ ਬੱਚੇ ਆ ਤੇ ਮਰ ਚੁੱਕੇ ਹੋਣਗੇ ਜਾਂ ਝੜ ਚੁੱਕੇ ਹੋਣਗੇ। ਇਸ ਲਈ ਲੈਣੋ ਦਾ ਇੰਤਜ਼ਾਰ, ਰਿਜ਼ਲਟ ਦੇਖਣ ਲਈ ਤੁਹਾਨੂੰ 4 ਦਿਨ ਦਾ ਇੰਤਜ਼ਾਰ ਕਰਨਾ ਪਏਗਾ। ਅਗਰ ਤੁਸੀਂ ਸਮਝਦਾਰ ਹੋ ਤਾਂ ਤੁਸੀਂ ਲੈਣੋ ਹੀ ਲਿਆਓਗੇ, ਕਿਉਂਕਿ ਸਿਰਫ 4 ਦਿਨ ਦੇ ਇੰਤਜ਼ਾਰ ਤੋਂ ਬਾਅਦ ਤੁਹਾਨੂੰ 15 ਦਿਨ ਲਈ ਨਰਮੇ ਦੀ ਫਸਲ ਲਈ ਸਫੇਦ ਮੱਛਰ ਦਾ, ਚਿੱਟੇ ਮੱਛਰ ਦਾ ਕੰਟਰੋਲ ਮਿਲੇਗਾ। ਔਰ ਦੇਖੋ ਪੱਤਿਆਂ ਦਾ ਰੰਗ, ਕਿਉਂਕਿ ਫੰਗਸ ਨੂੰ ਹਨੀ ਡਿਊ ਨਹੀਂ ਮਿਲ ਰਿਹਾ, ਖਾਣਾ ਨਹੀਂ ਮਿਲ ਰਿਹਾ, ਉਹ ਫੈਲੇਗੇ ਨਹੀਂ। ਪੱਤੇ ਭਰਪੂਰ ਪ੍ਰਕਾਸ਼ ਸੰਸਲੇਸ਼ਨ ਕਰਨਗੇ, ਪੱਤੇ ਹਰੇ ਭਰੇ ਦਿਖਣਗੇ। ਇਹ ਦੇਖੋ ਫਰਕ, ਜਿੱਥੇ ਲੈਣੋ ਪਾਇਆ ਸੀ
ਤੇ ਜਿੱਥੇ ਲੈਣੋ ਨਹੀਂ ਪਾਇਆ ਸੀ। ਲੈਣੋ ਦੇ ਖੇਤ ਵਿੱਚ ਐਵੇਂ ਲੱਗਦਾ ਹੈ ਜਿਵੇਂ ਖਾਦ ਪਾ ਦੀ ਗਈ। ਸਮਝਦਾਰ ਕਿਸਾਨੋ, ਅੱਜ ਹੀ ਲੈਣੋ ਲਾਓ। ਹਾਂ, ਕਮਜ਼ੋਰ ਦਿਲ ਵਾਲੇ ਕਿਸਾਨ ਬੇਸ਼ੱਕ ਪੁਰਾਣੀ ਦਵਾਈਆਂ ਦਾ ਇਸਤੇਮਾਲ ਕਰੋ, ਪਰ ਤੁਹਾਨੂੰ ਲੈਣੋ ਦਾ ਰਿਜ਼ਲਟ ਦੇਖਣ ਲਈ 4 ਦਿਨ ਤੱਕ ਇੰਤਜ਼ਾਰ ਕਰਨਾ ਪਏਗਾ, ਤਾਂ ਹੀ ਤੁਹਾਨੂੰ 15 ਦਿਨ ਦਾ ਅਸਰ ਮਿਲੇਗਾ। ਦੂਜੀ ਦਵਾਈਆਂ ਤੁਹਾਨੂੰ 4-5 ਵਾਰੀ ਸਪਰੇਅ ਕਰਨੀਆਂ ਪੈਂਦੀਆਂ ਨੇ, ਲੈਣੋ ਦੇ 2 ਸਪਰੇਅ ਹੀ ਤੁਹਾਨੂੰ ਪੂਰੇ ਮਹੀਨੇ ਦਾ ਕੰਟਰੋਲ ਦੇਣਗੇ। ਲੈਣੋ ਦੀ ਡੋਜ਼ ਹੈ 0.5 ਲੀਟਰ ਪ੍ਰਤੀ ਏਕੜ, ਯਾਨੀ ਕਿ 500 ml ਪ੍ਰਤੀ ਏਕੜ। ਹਾਂ, ਅਗਰ ਤੁਸੀਂ ਜਵਾਨ ਮੱਛਰ ਅਤੇ ਉੜਦੇ ਮੱਛਰ ਨੂੰ ਵੀ ਮਾਰਨਾ ਚਾਹੁੰਦੇ ਹੋ, ਕਿਉਂਕਿ ਕੁਛ ਜ਼ਿਮੀਦਾਰ ਭਰਾ ਉੜਦੇ ਮੱਛਰ ਨੂੰ ਦੇਖ ਕੇ ਪਰੇਸ਼ਾਨ ਹੋ ਜਾਂਦੇ ਹੈ, ਘਬਰਾ ਜਾਂਦੇ, ਅਗਰ ਤੁਸੀਂ ਉਹਨਾਂ ਨੂੰ ਵੀ ਮਾਰਨਾ ਚਾਹੁੰਦੇ ਹੋ ਤਾਂ ਬਾਜ਼ਾਰ ਵਿੱਚ ਮਿਲਣ ਵਾਲੀਆਂ ਉੜਦੇ ਮੱਛਰ ਦੀਆਂ ਕਈ ਦਵਾਈਆਂ ਮਿਲਦੀਆਂ ਨੇ, ਜਿਵੇਂ ਐਸੀਟਾ, ਐਸੀਫੇਟ। ਉਹਨੂੰ ਲੈਣੋ ਦੇ ਨਾਲ ਘੋਲ ਲਓ, ਲੈਣੋ ਦੇ ਨਾਲ ਮਿਲਾ ਕੇ ਸਪਰੇਅ ਕਰ ਲਓ। ਉੜਦੇ ਮੱਛਰ ਨੂੰ ਉਹ ਕੰਟਰੋਲ ਕਰ ਲੈਣਗੀਆਂ, ਮਾਰ ਦੇਣਗੀਆਂ। ਹਾਲਾਂਕਿ ਲੈਣੋ ਵੀ ਉਹਨਾਂ ਨੂੰ ਨਪੁੰਸਕ ਬਣਾ ਚੁੱਕੀ, ਪਰ ਤੁਹਾਨੂੰ ਅਗਰ ਕਰਨਾ ਹੀ ਹੈ ਤਾਂ ਕਰ ਲਓ। ਲੈਣੋ ਬੱਚੇ ਅਤੇ ਅੰਡਿਆਂ ਦੇ ਅਸਰ 'ਤੇ ਕਰੇਗੀ ਕਰੇਗੀ। ਇਸ ਪ੍ਰਕਾਰ ਤੁਹਾਨੂੰ ਸਪਰੇਅ ਵੀ ਘੱਟ ਕਰਨੇ ਪੈਣਗੇ, ਕੰਟਰੋਲ ਵੀ ਲੰਬਾ ਮਿਲੇਗਾ, ਫਸਲ ਵੀ ਹਰੀ ਭਰੀ ਹੋ ਜਾਏਗੀ, ਅਤੇ 2 ਸਪਰੇਅ ਦੇ ਨਾਲ ਹੀ ਤੁਹਾਡਾ ਪੂਰਾ ਸੀਜ਼ਨ ਕੱਟ ਜਾਏਗਾ। ਫਸਲ ਵਧਣੀ ਸ਼ੁਰੂ ਹੋ ਜਾਏਗੀ, ਵਧੀਆ ਵਾਧਾ ਦੇਗੀ। ਉਮੀਦ ਹੈ ਤੁਸੀਂ ਲੈਣੋ ਲੈ ਕੇ ਆਓਗੇ, ਇੱਕ ਵਾਰੀ ਐਕਸਪੈਰੀਮੈਂਟ ਕਰਕੇ ਦੇਖੋਗੇ। ਬਹੁਤ ਬਹੁਤ ਧੰਨਵਾਦ।